ਲੁਧਿਆਣਾ ਦਾ ਇਹ ਟੋਲ ਪਲਾਜ਼ਾ ਹੁਣ ਜਾ ਰਿਹਾ ਬੰਦ, ਲੋਕਾਂ ਨੂੰ ਮਿਲੇਗੀ ਵੱਡੀ ਰਾਹਤ। ਪੰਜਾਬ ਸਰਕਾਰ ਨੂੰ ਮਿਆਦ ਵਧਾਉਣ ਦੀ ਵੀ ਕੀਤੀ ਸੀ ਮੰਗ। ਕੋਰੋਨਾ ਤੇ ਕਿਸਾਨੀ ਅੰਦੋਲਨ ਦਾ ਟੋਲ ਕੰਪਨੀ ਨੇ ਦਿੱਤਾ ਸੀ ਹਵਾਲਾ, ਪੰਜਾਬ ਸਰਕਾਰ ਨੇ ਸਿਰੇ ਤੋਂ ਹੀ ਨਕਾਰ ਦਿੱਤੀ ਸੀ ਇਹ ਮੰਗ। ਹੁਣ ਬੰਦੇ ਕੰਮ ਵੀ ਕਰਦੇ ਆ, ਇਹ ਡਿਊਟੀ ਕਰਦੇ ਆ, ਇਹ ਵਿਚਾਰੇ ਕਿੱਧਰ ਨੂੰ ਜਾਣਗੇ, ਇਹ ਵੀ ਸਾਡੇ ਭਾਈ ਭੈਣ। ਸਰਕਾਰ ਨੇ ਤਾਂ ਐਲਾਨ ਕੀਤਾ 60 ਕਿਲੋਮੀਟਰ ਦੇ ਵਿੱਚ ਕੋਈ ਟੋਲ ਨਹੀਂ ਹੋਣਾ ਚਾਹੀਦਾ, ਪਰ ਇਹ ਟੋਲ ਦੇ ਵਿੱਚ 20 ਕਿਲੋਮੀਟਰ ਦੇ ਨਾਲ ਹੀ ਆਉਂਦੇ ਪਏ ਆ, ਪਰ ਇਹ ਟੋਲ ਚੱਲ ਵੀ ਨਹੀਂ ਜਾਇਜ਼ ਰਿਹਾ ਇਸ ਟਾਈਮ, ਅਤੇ ਜੇ ਬੰਦ ਹੋ ਜਾਣਗੇ ਤਾਂ ਵਧੀਆ ਗੱਲ ਸਰ। ਨਹੀਂ, ਬਹੁਤ ਵਧੀਆ ਗੱਲ ਆ ਜੀ, ਰਾਜਕੋਟ ਵਾਲਿਆਂ ਨੂੰ ਬਹੁਤ ਰਾਹਤ ਮਿਲੂਗੀ ਇਸ ਚੀਜ਼ ਨਾਲ, ਬਹੁਤ ਵਧੀਆ ਗੱਲ ਹੈ, ਪਹਿਲਾਂ ਹੀ ਬੰਦ ਹੋਣਾ ਚਾਹੀਦਾ ਸੀਗਾ। ਲੋਕਾਂ ਨੂੰ ਸੌਖਾ ਹੋ ਜੂਗਾ, ਹੈ ਨਾ, ਜਿਹੜੇ 4 ਪੈਸੇ ਲੋਕ ਜੋੜਦੇ ਆ ਸਾਡੇ ਲਈ, ਹੈ ਨਾ, ਉਹ ਸੇਫ ਰਹਿਣ। ਸਰਕਾਰ ਦੇ ਫੈਸਲੇ ਨੂੰ ਕੀ ਦੇਖ ਰਹੇ ਹੋ? ਇਹਨੂੰ ਵੀ ਕੰਪਨੀਆਂ ਅੱਗੇ ਉਹ ਵਧਾ ਰਹੇ ਸੀ ਰਲ ਕੇ ਐਗਰੀਮੈਂਟ, ਪਰ ਆਹ ਸਰਕਾਰ ਨੇ ਵਧਾਇਆ ਨਹੀਂ ਐਗਰੀਮੈਂਟ। ਨਹੀਂ, ਬਹੁਤ ਵਧੀਆ ਸਰਕਾਰ ਨੇ, ਜਿਹੜੇ ਬਾਕੀ ਟੋਲ ਵੀ ਜਿਹੜੇ ਛੋਟੇ ਛੋਟੇ ਲੱਗੇ ਆ ਉਹ ਬੰਦ ਕਰਨੇ ਚਾਹੀਦੇ ਨੇ ਇਸ ਚੀਜ਼ 'ਤੇ, ਜਿਹੜੇ ਨਜਾਇਜ਼ ਹੀ ਨੇ। ਹੁਣ ਕਈ ਰਾਹਗੀਰ ਇੱਥੇ ਬਹੁਤ ਜ਼ਿਆਦਾ ਜਾਂਦੇ ਨੇ ਕਿ ਨਾਲ ਦੇ ਪਿੰਡਾਂ ਵਾਲੇ ਆ, ਨਜਾਇਜ਼ ਹੀ ਹੈ ਜੀ। ਸਰ ਇਹ 2009 ਸੇ ਚਾਲੂ ਹੋਇਆ ਤਾ, ਇਹ ਅੱਜ 2 April 2024 ਕੋ ਇਹ ਖਤਮ ਹੋਣਾ ਤਾ, ਇਹ ਅੱਜ ਖਤਮ ਹੋ ਜਾਏਗਾ ਟੋਲ, ਔਰ ਵੈਸੇ ਇਹ ਹਮ ਇਹ PWD ਕੋ ਹੈਂਡ ਓਵਰ ਕਰੇਂਗੇ, ਔਰ ਇਹ ਆਜ ਸੇ ਇਹ ਟੋਲ ਸਭੀ ਕੇ ਲੀਏ ਫ੍ਰੀ ਰਹੇਗਾ। ਲੁਧਿਆਣਾ ਦਾ ਇਹ ਟੋਲ ਪਲਾਜ਼ਾ ਹੁਣ ਜਾ ਰਿਹਾ ਬੰਦ, ਲੋਕਾਂ ਨੂੰ ਮਿਲੇਗੀ ਵੱਡੀ ਰਾਹਤ। ਪੰਜਾਬ ਸਰਕਾਰ ਨੂੰ ਮਿਆਦ ਵਧਾਉਣ ਦੀ ਵੀ ਕੀਤੀ ਸੀ ਮੰਗ। ਕੋਰੋਨਾ ਤੇ ਕਿਸਾਨੀ ਅੰਦੋਲਨ ਦਾ ਟੋਲ ਕੰਪਨੀ ਨੇ ਦਿੱਤਾ ਸੀ ਹਵਾਲਾ, ਪੰਜਾਬ ਸਰਕਾਰ ਨੇ ਸਿਰੇ ਤੋਂ ਹੀ ਨਕਾਰ ਦਿੱਤੀ ਸੀ ਇਹ ਮੰਗ। ਹੁਣ ਬੰਦੇ ਕੰਮ ਵੀ ਕਰਦੇ ਆ, ਇਹ ਡਿਊਟੀ ਕਰਦੇ ਆ, ਇਹ ਵਿਚਾਰੇ ਕਿੱਧਰ ਨੂੰ ਜਾਣਗੇ, ਇਹ ਵੀ ਸਾਡੇ ਭਾਈ ਭੈਣ। ਸਰਕਾਰ ਨੇ ਤਾਂ ਐਲਾਨ ਕੀਤਾ 60 ਕਿਲੋਮੀਟਰ ਦੇ ਵਿੱਚ ਕੋਈ ਟੋਲ ਨਹੀਂ ਹੋਣਾ ਚਾਹੀਦਾ, ਪਰ ਇਹ ਟੋਲ ਦੇ ਵਿੱਚ 20 ਕਿਲੋਮੀਟਰ ਦੇ ਨਾਲ ਹੀ ਆਉਂਦੇ ਪਏ ਆ, ਪਰ ਇਹ ਟੋਲ ਚੱਲ ਵੀ ਨਹੀਂ ਜਾਇਜ਼ ਰਿਹਾ ਇਸ ਟਾਈਮ, ਅਤੇ ਜੇ ਬੰਦ ਹੋ ਜਾਣਗੇ ਤਾਂ ਵਧੀਆ ਗੱਲ ਸਰ। ਨਹੀਂ, ਬਹੁਤ ਵਧੀਆ ਗੱਲ ਆ ਜੀ, ਰਾਜਕੋਟ ਵਾਲਿਆਂ ਨੂੰ ਬਹੁਤ ਰਾਹਤ ਮਿਲੂਗੀ ਇਸ ਚੀਜ਼ ਨਾਲ, ਬਹੁਤ ਵਧੀਆ ਗੱਲ ਹੈ, ਪਹਿਲਾਂ ਹੀ ਬੰਦ ਹੋਣਾ ਚਾਹੀਦਾ ਸੀਗਾ। ਲੋਕਾਂ ਨੂੰ ਸੌਖਾ ਹੋ ਜੂਗਾ, ਹੈ ਨਾ, ਜਿਹੜੇ 4 ਪੈਸੇ ਲੋਕ ਜੋੜਦੇ ਆ ਸਾਡੇ ਲਈ, ਹੈ ਨਾ, ਉਹ ਸੇਫ ਰਹਿਣ। ਸਰਕਾਰ ਦੇ ਫੈਸਲੇ ਨੂੰ ਕੀ ਦੇਖ ਰਹੇ ਹੋ? ਇਹਨੂੰ ਵੀ ਕੰਪਨੀਆਂ ਅੱਗੇ ਉਹ ਵਧਾ ਰਹੇ ਸੀ ਰਲ ਕੇ ਐਗਰੀਮੈਂਟ, ਪਰ ਆਹ ਸਰਕਾਰ ਨੇ ਵਧਾਇਆ ਨਹੀਂ ਐਗਰੀਮੈਂਟ। ਨਹੀਂ, ਬਹੁਤ ਵਧੀਆ ਸਰਕਾਰ ਨੇ, ਜਿਹੜੇ ਬਾਕੀ ਟੋਲ ਵੀ ਜਿਹੜੇ ਛੋਟੇ ਛੋਟੇ ਲੱਗੇ ਆ ਉਹ ਬੰਦ ਕਰਨੇ ਚਾਹੀਦੇ ਨੇ ਇਸ ਚੀਜ਼ 'ਤੇ, ਜਿਹੜੇ ਨਜਾਇਜ਼ ਹੀ ਨੇ। ਹੁਣ ਕਈ ਰਾਹਗੀਰ ਇੱਥੇ ਬਹੁਤ ਜ਼ਿਆਦਾ ਜਾਂਦੇ ਨੇ ਕਿ ਨਾਲ ਦੇ ਪਿੰਡਾਂ ਵਾਲੇ ਆ, ਨਜਾਇਜ਼ ਹੀ ਹੈ ਜੀ। ਸਰ ਇਹ 2009 ਸੇ ਚਾਲੂ ਹੋਇਆ ਤਾ, ਇਹ ਅੱਜ 2 April 2024 ਕੋ ਇਹ ਖਤਮ ਹੋਣਾ ਤਾ, ਇਹ ਅੱਜ ਖਤਮ ਹੋ ਜਾਏਗਾ ਟੋਲ, ਔਰ ਵੈਸੇ ਇਹ ਹਮ ਇਹ PWD ਕੋ ਹੈਂਡ ਓਵਰ ਕਰੇਂਗੇ, ਔਰ ਇਹ ਆਜ ਸੇ ਇਹ ਟੋਲ ਸਭੀ ਕੇ ਲੀਏ ਫ੍ਰੀ ਰਹੇਗਾ।